ਸਤਿ ਸ਼੍ਰੀ ਅਕਾਲ ਹੋਪ ਯੂ ਆਲ ਡੂਇੰਗ ਗ੍ਰੇਟ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਇੱਕ ਬਹੁਤ ਹੀ ਕਾਮਨ ਸਵਾਲ ਕਿ ਭਾਈ ਸਾਨੂੰ ਦੱਸੋ ਇਹ ਕਿ ਪਠਾਨੀ ਸੂਟ ਤੇ ਕੁੜਤੇ ਪਜਾਮੇ ਵਿੱਚ ਫਰਕ ਕੀ ਹੁੰਦਾ ਕਿਹੜਾ ਬੈਟਰ ਹੈ ਕਿਸੇ ਓਕੇਜ਼ਨ ਫੰਕਸ਼ਨ ਪਾਰਟੀ ਜਾਗੋ ਕੋਈ ਵੀ ਫੰਕਸ਼ਨ ਹੋਵੇ ਜਿੱਥੇ ਫੈਮਿਲੀ ਗੈਦਰਿੰਗ ਹੁੰਦੀ ਆ ਕਿਹੜਾ ਜ਼ਿਆਦਾ ਬੈਟਰ ਲੱਗਦਾ ਪਾਇਆ ਹੋਇਆ ਸਾਡੀ ਬਾਡੀ ਦੇ ਅਕੋਰਡਿੰਗਲੀ ਸਾਡੀ ਹਾਈਟ ਦੇ ਅਕੋਰਡਿੰਗਲੀ ਫੈਬਰਿਕ ਅਕੋਰਡਿੰਗਲੀ ਫੀਚਰਸ ਅਕੋਰਡਿੰਗਲੀ ਕਿਹੜਾ ਬੈਸਟ ਆ ਤੁਹਾਨੂੰ ਮੈਂ ਹਰ ਇੱਕ ਚੀਜ਼ ਐਕਸਪਲੇਨ ਕਰੂੰਗਾ ਵਾਰੀ ਵਾਰੀ ਬਾਕੀ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਐਂਡ ਵਿੱਚ ਡਿਸਾਈਡ ਆਪ ਕਰਿਓ ਕਿ ਤੁਹਾਡੀ ਲੁੱਕ ਉੱਤੇ ਕਿਹੜਾ ਬੈਟਰ ਸੂਟ ਕਰੂਗਾ ਕੁੜਤਾ ਪਜਾਮਾ ਜਾਂ ਪਠਾਨੀ ਸੂਟ ਲੈਟਸ ਬਿਗਨ ਦਿਸ ਵੀਡੀਓ ਬਟ ਮੇਕ ਸ਼ੋਰ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਐਂਡ ਮੇਰੇ 5 ਗਣਾਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ 1 2 3 4 and 5 ਵੈਲ ਡਨ ਥੈਂਕ ਯੂ ਗਾਈਜ਼ ਲੈਟਸ ਬਿਗਨ ਦਿਸ ਵੀਡੀਓ ਡਿਫਰੈਂਸ ਬਿਟਵੀਨ ਕੁੜਤਾ ਪਜਾਮਾ ਐਂਡ ਪਠਾਨੀ ਸੂਟ ਤੁਹਾਨੂੰ ਬੈਟਰ ਐਕਸਪਲੇਨ ਕਰਨ ਦੇ ਵਾਸਤੇ ਮੈਂ ਇਸ ਵੀਡੀਓ ਨੂੰ ਦੋ ਹਾਫਸ ਦੇ ਵਿੱਚ ਡਿਵਾਈਡ ਕੀਤਾ ਫਸਟ ਹਾਫ ਵਿੱਚ ਅਸੀਂ ਗੱਲ ਕਰਨ ਜਾਵਾਂਗੇ ਡਿਫਰੈਂਟ ਡਿਫਰੈਂਟ ਫੀਚਰਸ ਆਫ ਕੁੜਤਾ ਪਜਾਮਾ ਐਂਡ ਪਠਾਨੀ ਸੂਟ ਜਿਵੇਂ ਮੰਨ ਲਓ ਆਪਣੇ ਕਾਲਰਸ ਹੋ ਗਏ ਸਲੀਵਸ ਹੋ ਗਏ ਬਟਨਸ ਹੋ ਗਏ ਪਾਕਟਸ ਹੋ ਗਈਆਂ ਐਂਡ ਸੈਕਿੰਡ ਹਾਫ ਵਿੱਚ ਅਸੀਂ ਗੱਲ ਕਰਨ ਜਾਵਾਂਗੇ ਇਹਦੇ ਫੈਬਰਿਕ ਬਾਰੇ ਇਹਦੀ ਲੈਂਥ ਬਾਰੇ ਇਹਦੀ ਅਸੈਸਰੀਜ਼ ਬਾਰੇ ਸ਼ੂਜ਼ ਬਾਰੇ ਵਾਚ ਬਾਰੇ ਇਸ ਨੂੰ ਕਿਵੇਂ ਕੈਰੀ ਕਰਨਾ ਡਿਫਰੈਂਟ ਡਿਫਰੈਂਟ ਵੇਜ਼ ਦੇ ਨਾਲ ਕੁੜਤੇ ਪਜਾਮੇ ਦੀ ਗੱਲ ਕਰੀਏ ਤਾਂ ਇਹਦੇ ਬਾਟਮ ਹਾਫ ਯਾਨੀ ਕਿ ਪਜਾਮੇ ਦੀ ਆਲਟਰਨੇਟ ਤੇ ਅਸੀਂ ਕੀ ਕੁਝ ਪਾ ਸਕਦੇ ਹਾਂ ਵੀ ਕੈਨ ਟ੍ਰਾਈ ਜੀਨ ਵੀ ਕੈਨ ਟ੍ਰਾਈ ਪਜਾਮਾ ਵੀ ਕੈਨ ਟ੍ਰਾਈ ਪਜਾਮੀ ਅਸੀਂ ਕੋਈ ਪੈਂਟਸ ਕੋਈ ਵੀ ਟਰਾਊਜ਼ਰ ਪਾ ਸਕਦੇ ਹਾਂ ਇਹਦੇ ਆਲਟਰਨੇਟ ਜੇ ਅਸੀਂ ਗੱਲ ਕਰੀਏ ਕੁੜਤਾ ਸਲਵਾਰ ਦੇ ਬਾਰੇ ਤਾਂ ਤੁਹਾਨੂੰ ਕੋ ਸਿਰਫ ਇੱਕੋ ਆਪਸ਼ਨ ਹੈ ਉਹ ਹੈਗਾ ਸਿਰਫ ਤੇ ਸਿਰਫ ਸਲਵਾਰ ਤੁਸੀਂ ਉਹਦੇ ਆਲਟਰਨੇਟ ਤੇ ਕੋਈ ਜੀਨ ਕੋਈ ਲੋਅਰ ਕੋਈ ਟਰਾਊਜ਼ਰ ਕੁਛ ਨਹੀਂ ਪਾ ਸਕਦੇ ਓਨਲੀ ਕੁੜਤਾ ਐਂਡ ਸਲਵਾਰ ਨੰਬਰ 1 ਅਸੀਂ ਗੱਲ ਕਰਨ ਜਾ ਰਹੇ ਹਾਂ ਚੈਸਟ ਪਾਕਟਸ ਦੇ ਬਾਰੇ ਜੀ ਹਾਂ ਗਾਈਜ਼ ਕੁੜਤੇ ਪਜਾਮੇ ਦੇ ਵਿੱਚ ਯਾਦ ਰੱਖਿਓ ਹਮੇਸ਼ਾ ਪਾਕਟ ਵੱਧ ਤੋਂ ਵੱਧ ਇੱਕ ਹੁੰਦੀ ਆ ਜਾਂ ਨਹੀਂ ਹੁੰਦੀ ਦੇਖੋ ਮੈਂ ਇਸ ਟਾਈਮ ਕੁੜਤਾ ਪਾਇਆ ਹੋਇਆ ਇਸ ਵਿੱਚ ਕੋਈ ਪਾਕਟ ਨਹੀਂ ਹੈਗੀ ਜੇ ਮੈਂ ਪਾਕਟ ਐਡ ਕਰਵਾਉਣੀ ਹੋਈ ਤਾਂ ਇੱਕ ਐਡ ਕਰਾਉਂਗਾ ਆਪਣੇ ਲੈਫਟ ਸਾਈਡ ਤੇ ਦੈਟਸ ਉਹੀ ਜੇ ਮੈਂ ਗੱਲ ਕਰਾਂ ਪਠਾਨੀ ਸੂਟ ਦੀ ਤਾਂ ਮੈਕਸਿਮਮ ਪਾਕਟਸ ਹੋਣਗੀਆਂ ਆਪਣੀਆਂ 2 ਲੈਫਟ ਐਂਡ ਰਾਈਟ ਨੰਬਰ 2 ਇਜ਼ ਸ਼ੋਲਡਰ ਲੂਪਸ ਇਹ ਦੇਖੋ ਇਹ ਹੁੰਦੇ ਨੇ ਸ਼ੋਲਡਰ ਲੂਪ ਸੋ ਕੁੜਤੇ ਪਜਾਮੇ ਦੇ ਵਿੱਚ ਕਦੇ ਵੀ ਅਸੀਂ ਸ਼ੋਲਡਰ ਲੂਪਸ ਨੂੰ ਨਹੀਂ ਲਵਾਵਾਂਗੇ ਜੇ ਅਸੀਂ ਟਰਾਈ ਕਰਨਾ ਚਾਹੁੰਦੇ ਹਾਂ ਇਸ ਚੀਜ਼ ਨੂੰ ਦੈਨ ਆਲਵੇਜ਼ ਟਰਾਈ ਵਿਦ ਪਠਾਨੀ ਸੂਟ ਨੰਬਰ 3 ਇਜ਼ ਕਾਲਰ ਜੀ ਹਾਂ ਗਾਇਸ ਕੁੜਤੇ ਪਜਾਮੇ ਦੇ ਵਿੱਚ ਸਾਡੇ ਕੋਲ ਸਿਰਫ 2 ਆਪਸ਼ਨਸ ਹੋਣਗੇ ਉਹ ਕੀ ਨੇ ਮੈਂਡਰਿਨ ਕਾਲਰਸ ਜਿਹਨੂੰ ਅਸੀਂ ਚਾਈਨੀਜ਼ ਕਾਲਰ ਵੀ ਕਹਿ ਦਿੰਦੇ ਹਾਂ ਅੱਜ ਕੱਲ੍ਹ ਵੈਸੇ ਟ੍ਰੈਂਡ ਵਿੱਚ ਸਿਰਫ ਲੋਕੀ ਇਹੀ ਪਾਉਂਦੇ ਨੇ ਮੈਂਡਰਿਨ ਚਾਈਨੀਜ਼ ਕਾਲਰ ਜਾਂ ਨੰਬਰ 2 ਇੱਕ ਆਪਸ਼ਨ ਹੈਗਾ ਰਾਈਟ ਨਾਮ ਜੋ ਹੁਣ ਪਾਇਆ ਹੋਇਆ ਨਾਰਮਲ ਰੈਗੂਲਰ ਸ਼ਰਟ ਕਾਲਰਸ ਔਨ ਦੀ ਅਦਰ ਹੈਂਡ ਜੇ ਮੈਂ ਗੱਲ ਕਰਾਂ ਪਠਾਨੀ ਸੂਟ ਦੇ ਬਾਰੇ ਤਾਂ ਬੈਸਟ ਕਾਲਰ ਆਪਸ਼ਨ ਕੀ ਨੇ ਆਪਣੇ ਕੋਲੇ ਸਿਰਫ 1 ਐਂਡ ਓਨਲੀ ਨਾਰਮਲ ਸ਼ਰਟ ਕਾਲਰਸ ਦੈਟਸ ਇਟ ਨੋ ਚਾਈਨੀਜ਼ ਕਾਲਰ ਅਸੀਂ ਗੱਲ ਕਰਨ ਜਾ ਰਹੇ ਹਾਂ ਲੈਂਥ ਆਫ ਕੁੜਤਾ ਗਾਈਜ਼ ਇਹ ਪੁਆਇੰਟ ਧਿਆਨ ਨਾਲ ਸਮਝਿਓ ਜੇ ਅਸੀਂ ਗੱਲ ਕਰਦੇ ਹਾਂ ਪਠਾਨੀ ਸੂਟ ਦੀ ਤਾਂ ਉਹਦੀ ਲੈਂਥ ਕਦੇ ਵੈਰੀ ਨਹੀਂ ਕਰਦੀ ਯਾਨੀ ਕਿ ਉਹਦੀ ਇੱਕ ਸਟੈਂਡਰਡ ਲੈਂਥ ਰਹਿੰਦੀ ਹੈ ਲੌਂਗ ਲੈਂਥ ਆਪਣੇ ਨੀਜ਼ ਤੋਂ ਹਲਕੀ ਥੱਲੇ ਤੱਕ ਜਾਊਗੀ ਇਹ ਲੈਂਥ ਪੱਕੀ ਹੁੰਦੀ ਆ ਚਾਹੇ ਬੰਦੇ ਦੀ ਹਾਈਟ ਜਿੰਨੀ ਮਰਜ਼ੀ ਹੋਵੇ ਹਮੇਸ਼ਾ ਉਹਦੀ ਲੈਂਥ ਕੁੜਤੇ ਦੀ ਲੌਂਗ ਹੋਊਗੀ ਪਠਾਨੀ ਸੂਟ ਵਿੱਚ ਯਾਨੀ ਹਲਕੀ ਨੀਜ਼ ਤੋਂ ਥੱਲੇ ਤੱਕ ਹੋਊਗੀ ਜੇ ਅਸੀਂ ਗੱਲ ਕਰੀਏ ਕੁੜਤੇ ਪਜਾਮੇ ਦੀ ਤਾਂ ਉਹਦੀ ਲੈਂਥ ਵੈਰੀ ਕਰਦੀ ਹੈ ਐਸ ਪਰ ਯੂਰ ਰਿਕੁਆਇਰਮੈਂਟ ਕਈ ਮੁੰਡੇ ਸ਼ਾਰਟ ਕੁੜਤਾ ਪਾਉਂਦੇ ਨੇ ਕਈ ਮੁੰਡੇ ਲੌਂਗ ਕੁੜਤਾ ਪਾਉਂਦੇ ਨੇ ਉਹ ਤੁਹਾਡੀ ਆਪਣੀ ਚੋਇਸ ਆ ਬਟ ਦਿਸ ਇਜ਼ ਡਿਫਰੈਂਸ ਬਿਟਵੀਨ ਕੁੜਤਾ ਲੈਂਥ ਆਫ ਪਠਾਨੀ ਸੂਟ ਐਂਡ ਕੁੜਤਾ ਪਜਾਮਾ ਨੰਬਰ 5 ਮੋਸਟ ਇੰਪੋਰਟੈਂਟ ਪੁਆਇੰਟ ਤੁਸੀਂ ਇੱਥੇ ਗਲਤੀ ਕਰ ਦਿੰਦੇ ਹੋ ਇਹਨੂੰ ਯਾਦ ਰੱਖਿਓ ਪਠਾਨੀ ਸੂਟ ਦੇ ਵਿੱਚ ਆਪਣਾ ਘੇਰਾ ਕੁੜਤੇ ਦਾ ਹਮੇਸ਼ਾ ਰਾਊਂਡ ਹੋਊਗਾ ਸਾਈਡਸ ਤੋਂ ਕਦੇ ਵੀ ਉਹਦੇ ਸ਼ਾਰਪ ਐਜਸ ਨਹੀਂ ਹੋਣਗੇ ਹਮੇਸ਼ਾ ਰਾਊਂਡ ਹੋਊਗਾ ਉਹਦਾ ਘੇਰਾ ਉਹਦੀ ਹੈਮ ਲਾਈਨ ਰਿਮੈਂਬਰ ਦਿਸ ਜੇ ਗੱਲ ਕਰੀਏ ਕੁੜਤੇ ਪਜਾਮੇ ਦੀ ਤਾਂ ਹਮੇਸ਼ਾ ਉਹਦੇ ਵਿੱਚ ਸਟ੍ਰੇਟ ਹੋਊਗਾ ਕਦੇ ਵੀ ਉਹ ਰਾਊਂਡ ਨਹੀਂ ਹੋਊਗਾ ਹਮੇਸ਼ਾ ਸ਼ਾਰਪ ਹੋਊਗਾ ਬਿਲਕੁਲ ਸਟ੍ਰੇਟ ਨੰਬਰ 6 ਇਜ਼ ਕਫ ਸੋ ਗਾਇਸ ਮੈਂ ਇਸ ਟਾਈਮ ਪਾਇਆ ਹੋਇਆ ਕੁੜਤਾ ਇਹਦੇ ਨਾਲ ਮੇਰੇ ਕੋਈ ਕਫ ਨਹੀਂ ਹੈਗੇ ਬੇਸਿਕਲੀ ਸਿੰਪਲ ਨੋ ਬਟਨਸ ਮੈਨੂੰ ਫੋਲਡ ਕਰਨਾ ਹੋਵੇ ਮੇਰੇ ਕੋਲ 2 ਆਪਸ਼ਨਸ ਨੇ ਜਾਂ ਮੈਨੂੰ ਇਦਾਂ ਕਰ ਲਵਾਂ ਠੀਕ ਆ ਜਾਂ ਇਹਨੂੰ ਇਦਾਂ ਫੋਲਡ ਕਰ ਲਵਾਂ ਆਪਸ਼ਨ ਨੰਬਰ 2 ਕੀ ਆਪਣੇ ਕੋਲੇ ਇਹਦੇ ਤੇ ਕਫ ਲਵਾ ਲਓ ਇੱਥੇ ਬਟਨ ਜਿਵੇਂ ਆਪਾਂ ਨਾਰਮਲੀ ਸ਼ਰਟ ਪਾਉਂਦੇ ਹੁੰਦੇ ਆ ਇਦਾਂ ਕਫ ਲਵਾ ਲਓ ਸੋ ਯੂ ਹੈਵ 2 ਆਪਸ਼ਨਸ ਇਨ ਕੁੜਤਾ ਪਜਾਮਾ ਕਫ ਨੋ ਕਫ ਬਟ ਜੇ ਮੈਂ ਗੱਲ ਕਰਾਂ ਪਠਾਨੀ ਸੂਟ ਦੀ ਵੀ ਹੈਵ ਓਨਲੀ 1 ਆਪਸ਼ਨ ਦੈਟ ਇਜ਼ ਸਾਨੂੰ ਕਫਸ ਕਰਾਣੇ ਪੈਣਗੇ ਨੰਬਰ 7 ਇਜ਼ ਚੈਸਟ ਐਮਬਰਾਇਡਰੀ ਚੈੱਕ ਕਰੋ ਪਿਕਚਰਸ ਨੂੰ ਜਿਵੇਂ ਇਹਨਾਂ ਨੇ ਗ੍ਰੀਨ ਉੱਤੇ ਥੋੜ੍ਹੀ ਜਿਹੀ ਹਲਕੀ ਜਿਹੀ ਲਾਈਟ ਟੋਨ ਦੀ ਆਪਣੀ ਕੀਤੀ ਐਮਬਰਾਇਡਰੀ ਬਲੂ ਉੱਤੇ ਹੋਰ ਲਾਈਟ ਕੀਤੀ ਐਮਬਰਾਇਡਰੀ ਸੋ ਐਮਬਰਾਇਡਰੀ ਦੇ ਨਾਲ ਆਪਣੀ ਬਹੁਤ ਸੋਹਣੀ ਗ੍ਰੇਸ ਆ ਜਾਂਦੀ ਕੋਈ ਸਪੈਸ਼ਲ ਇਵੈਂਟ ਹੋਵੇ ਕੋਈ ਸਪੈਸ਼ਲ ਫੰਕਸ਼ਨ ਹੋਵੇ ਤੁਸੀਂ ਉੱਥੇ ਪਾਓ ਪਠਾਨੀ ਸੂਟ ਐਮਬਰਾਇਡਰੀ ਤੁਹਾਡੀ ਗ੍ਰੇਸ ਬਹੁਤ ਸੋਹਣੀ ਆਉਣੀ ਹੈ ਐਜ਼ ਕੰਪੇਅਰ ਟੂ ਕੁੜਤਾ ਪਜਾਮਾ ਨੰਬਰ 8 ਮੈਂ ਗੱਲ ਕਰਨ ਜਾ ਰਿਹਾ ਕੁੜਤਾ ਦੇ ਬਟਨਸ ਦੇ ਬਾਰੇ ਗਾਇਸ ਦੇਖੋ ਜੇ ਅਸੀਂ ਗੱਲ ਕਰੀਏ ਕੁੜਤੇ ਪਜਾਮੇ ਦੇ ਬਾਰੇ ਮੈਂ ਸਿੰਪਲ ਬਟਨ ਲਵਾਏ ਹੋਏ ਨੇ ਬਿਲਕੁਲ ਇੱਥੇ ਕੋਈ ਰੰਗ ਨਹੀਂ ਬਿਲਕੁਲ ਬਸ ਬਲੂ ਦੇ ਨਾਲ ਬਲੂ ਬਟਨਸ ਜਿਵੇਂ ਵਾਈਟ ਪਾਇਆ ਤਾਂ ਮੈਂ ਬਲੈਕ ਬਟਨ ਲਵਾਏ ਨੇ ਮੇਰੇ ਕੋਲ ਸਿੰਪਲ ਹੈ ਬਿਲਕੁਲ ਚੀਜ਼ ਇਹ ਵਾਲੀ ਜੇ ਅਸੀਂ ਗੱਲ ਕਰੀਏ ਪਠਾਨੀ ਸੂਟ ਦੀ ਗਾਇਸ ਇੱਥੇ ਫੇਰ ਨੰਬਰ ਲੱਗੇ ਪਠਾਨੀ ਸੂਟ ਉਹ ਕਿਵੇਂ ਦੇਖੋ ਆਪਣੇ ਸ਼ੋਲਡਰ ਲੂਪਸ ਦੇ ਬਟਨਸ ਆਪਣੇ ਕਾਫਸ ਦੇ ਬਟਨਸ ਐਂਡ ਆਪਣੀ ਚੈਸਟ ਦੇ ਕਾਲਰਸ ਦੇ ਬਟਨਸ ਜਿਹੜੇ ਹੋਣਗੇ ਆਪਣੇ ਇੱਥੇ ਉਹ ਸਭ ਬਣਾ ਕੇ ਤੁਸੀਂ ਬਹੁਤ ਕੁਝ ਟਰਾਈ ਕਰ ਸਕਦੇ ਹੋ ਯੂ ਕੈਨ ਟਰਾਈ ਗੋਲਡਨ ਬਟਨਸ ਸਿਲਵਰ ਬਟਨਸ ਮੈਟੈਲਿਕ ਬਟਨਸ
ਕਲਾਸ ਬਟਨ ਸੜਕੋ ਬਹੁਤ ਆਪਸ਼ਨ ਤੁਹਾਡੀ ਲੁੱਕ ਬਹੁਤ ਸੋਹਣੀ ਬਣ ਕੇ ਆਊਗੀ ਇੱਥੇ ਐਮਬਰਾਇਡਰੀ ਕੀਤੀ ਹੋਵੇ ਐਂਡ ਬਟਨ ਲੱਗੇ ਹੋਣ ਨਾਲ ਕਫ ਐਂਡ ਸ਼ੋਲਡਰ ਲੂਪਸ ਮੈਂ ਕਹਿੰਦਾ ਤੁਹਾਡੀ ਲੁੱਕ ਬਹੁਤ ਘੈਂਟ ਨਿਕਲ ਕੇ ਆਉਣੀ ਆ ਗਾਇਸ ਇੱਕ ਪਠਾਨੀ ਸੂਟ ਜ਼ਰੂਰ ਸਵਾ ਲਿਓ ਟਰਸਟ ਮੀ ਦੇਖੋ ਇੰਨੀ ਕੁ ਗੱਲ ਕਰਨ ਤੋਂ ਬਾਅਦ ਆਪਾਂ ਨੂੰ ਇਹ ਗੱਲ ਕਲੀਅਰ ਹੁੰਦੀ ਹੈ ਕਿ ਕੁੜਤਾ ਪਜਾਮਾ ਅਸੀਂ ਜਿੰਨਾ ਸਿੰਪਲ ਰੱਖਾਂਗੇ ਉਨਾ ਸੋਹਣਾ ਲੱਗੂਗਾ ਜੇ ਅਸੀਂ ਗੱਲ ਕਰੀਏ ਪਠਾਨੀ ਸੂਟ ਦੀ ਤਾਂ ਉਹਦੇ ਉੱਤੇ ਬਹੁਤ ਕੁਝ ਐਡ ਕਰਨ ਨੂੰ ਤੁਹਾਡੇ ਕੋਲ ਆਪਸ਼ਨਸ ਹੈਗੇ ਨੇ ਕਿ ਤੁਸੀਂ ਕਿਸੇ ਫੰਕਸ਼ਨ ਪਾਰਟੀ ਉੱਤੇ ਪਾਉਣਾ ਹੋਵੇ ਪਠਾਨੀ ਸੂਟ ਪ੍ਰੋਪਰ ਸਜਾਵਟ ਦੇ ਨਾਲ ਤੁਹਾਡੀ ਲੁੱਕ 'ਤੇ ਬਹੁਤ ਘੈਂਟ ਲੱਗੂਗਾ ਐਜ਼ ਕੰਪੇਅਰਡ ਟੂ ਕੁੜਤਾ ਪਜਾਮਾ ਕਿਉਂਕਿ ਅਸੀਂ ਉਹਨੂੰ ਰੋਜ਼ ਪਾਉਂਦੇ ਹਾਂ ਬਟ ਸਪੈਸ਼ਲ ਫੰਕਸ਼ਨ 'ਤੇ ਸਪੈਸ਼ਲ ਚੀਜ਼ ਪਾਉਣੀ ਬਹੁਤ ਜ਼ਰੂਰੀ ਹੈ ਲਓ ਜੀ ਬਹੁਤ ਬਹੁਤ ਮੁਬਾਰਕਾਂ ਇੱਥੇ ਆਪਣਾ ਖਤਮ ਹੁੰਦਾ ਫਸਟ ਹਾਫ ਆਫ ਦ ਵੀਡੀਓ ਆਈ ਐਮ ਸ਼ੋਰ ਬਹੁਤ ਇੰਟਰਸਟਿੰਗ ਤੁਹਾਨੂੰ ਲੱਗਿਆ ਹੋਣਾ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਸੈਕਿੰਡ ਹਾਫ ਇਸ ਤੋਂ ਪਹਿਲਾਂ ਕਿ ਅਸੀਂ ਸਟਾਰਟ ਕਰੀਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਸੀਂ ਹਰ ਹਫ਼ਤੇ ਗੱਲ ਕਰਦੇ ਹਾਂ ਫੈਸ਼ਨ ਦੇ ਬਾਰੇ ਅਸੀਂ ਕੀ ਗਲਤੀਆਂ ਕਰਦੇ ਆ ਰਹੇ ਹਾਂ ਕਿਵੇਂ ਉਹਨੂੰ ਅਸੀਂ ਇੰਪਰੂਵ ਕਰਨਾ ਆਪਣੀ ਪਰਸਨੈਲਿਟੀ ਨੂੰ ਹੋਰ ਘੈਂਟ ਕਿਵੇਂ ਬਣਾਉਣਾ ਅਸੀਂ ਹਰ ਹਫ਼ਤੇ ਗੱਲ ਕਰਦੇ ਹਾਂ ਇਸ ਥੈਂਕ ਯੂ ਸੋ ਮੱਚ ਵੀਡੀਓ ਦੇ ਨਾਲ ਇੱਦਾਂ ਹੀ ਬਣੇ ਰਹੋ ਹੁਣ ਅਸੀਂ ਗੱਲ ਸ਼ੁਰੂ ਕਰਨ ਜਾ ਰਹੇ ਹਾਂ ਸੈਕਿੰਡ ਹਾਫ ਬਾਰੇ ਪਹਿਲਾਂ ਅਸੀਂ ਗੱਲ ਕਰਾਂਗੇ ਫੈਬਰਿਕ ਦੇ ਬਾਰੇ ਜੀ ਹਾਂ ਗਾਈਜ਼ ਕੱਪੜੇ ਦੀ ਕੁਆਲਿਟੀ ਅਸੀਂ ਕੀ ਰੱਖਾਂਗੇ ਆਪਣੇ ਕੁੜਤੇ ਪਜਾਮੇ ਤੇ ਪਠਾਨੀ ਸੂਟ ਦੇ ਵਿੱਚ ਅਸੀਂ ਗੱਲ ਕਰੀਏ ਪਠਾਨੀ ਸੂਟ ਦੀ ਤਾਂ ਬੈਸਟ ਫੈਬਰਿਕ ਫॉर ਪਠਾਨੀ ਸੂਟ ਇਜ਼ ब्लेज कॉटन गाइज ए सब तो बेस्ट मटीरियल होंगे जो अभी गल करिए कुर्ते की फॉल की ग्रेस की सब तो बेस्ट फैब्रिक इज फॉर पठानी सूट ब्लेज कॉटन जो अभी गल करिए कुर्ते पजामे बेस्ट की है थोड़े को ऑप्शन बहुत ने कॉटन लिनन कॉटन पेपर थको ब्लेंड इन आपस में सो य कुछ ऑप्शन ने जोड़े मेन लोग पाते हैं नंबर दो अभी गल कर जा रहे हैं ये प्राइस बारे गाइज प्राइस जो है ना बिल्कुल सेम हों ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਬੋਡੀ ਦੀ ਹਾਈਟ ਕਿੰਨੀ ਹੈ ਬਾਕੀ ਦੋਵਾਂ ਦਾ ਪ੍ਰਾਈਸ ਕੁੜਤਾ ਪਜਾਮਾ ਐਂਡ ਪਠਾਨੀ ਸੂਟ ਦਾ ਬਿਲਕੁਲ ਸੇਮ ਹੁੰਦਾ ਸਟਾਰਟਿੰਗ ਰੇਂਜ ਕਿੰਨੀ ਹੁੰਦੀ ਹੈ 2500 3000 3500 ਮਤਲਬ ਵੈਰੀ ਕਰਦਾ ਆਪਣੇ ਕੱਪੜੇ ਦੀ ਕੁਆਲਿਟੀ ਉੱਤੇ ਅਤੇ ਆਪਣੀ ਬੋਡੀ ਦੀ ਲੈਂਥ ਉੱਤੇ ਬਾਕੀ ਸਟਾਰਟਿੰਗ ਪ੍ਰਾਈਸ ਦੋਵਾਂ ਦਾ ਬਿਲਕੁਲ ਸੇਮ ਹੁੰਦਾ ਪਰ ਅਸੀਂ ਗੱਲ ਕਰਨ ਜਾ ਰਹੇ ਹਾਂ ਕੁੜਤੇ ਪਜਾਮੇ ਅਤੇ ਪਠਾਨੀ ਸੂਟ ਦੀ ਫਿਟਿੰਗ ਦੇ ਕੰਪੈਰੀਜ਼ਨ ਦੇ ਬਾਰੇ ਦੇਖੋ ਜੇ ਅਸੀਂ ਗੱਲ ਕਰੀਏ ਪਠਾਨੀ ਸੂਟ ਦੀ ਤਾਂ ਹਲਕੀ ਦੀ ਜਿਹੜੀ ਫਿਟਿੰਗ ਹੁੰਦੀ ਆ ਲੂਜ਼ ਹੁੰਦੀ ਹੈ ਐਜ਼ ਕੰਪੇਅਰ ਟੂ ਕੁੜਤਾ ਪਜਾਮਾ ਮੈਂ ਪਾਇਆ ਸਟਮ ਕੁੜਤਾ ਪਜਾਮਾ ਇਹਦੀ ਫਿਟਿੰਗ ਬਿਲਕੁਲ ਫਿਟਿੰਗ ਵਿੱਚ ਦੇਖੋ ਜਿੰਨੀ ਮੇਰੀ ਬੋਡੀ ਆ ਉਹ ਸਾਰਾ ਫਿਟਿੰਗ ਕੀਤੀ ਹੋਈ ਹੈ ਇਹਦੀ ਪ੍ਰੋਪਰਲੀ ਆਰਮਸ 'ਤੇ ਚੈਸਟ 'ਤੇ ਬੈਕ 'ਤੇ ਜੇ ਅਸੀਂ ਗੱਲ ਕਰੀਏ ਪਠਾਨੀ ਸੂਟ ਦੀ ਤਾਂ ਹਲਕਾ ਆ ਨਾ ਲੂਜ਼ ਹੁੰਦਾ ਤੁਸੀਂ ਟਰਾਈ ਕਰਿਓ ਤੁਹਾਡੀ ਬੋਡੀ ਬੜੀ ਬਰੋਡ ਲੱਗੂਗੀ ਯੂ ਵਿਲ ਲੁੱਕ ਲਾਈਕ ਅ ਮੈਨ ਤਾਂ ਇਫ ਯੂ ਹੈਵ ਵਨ ਕੁੜਤਾ ਪਜਾਮਾ ਇਨ ਯੂਰ ਵਾਰਡਰੋਬ ਯੂ ਮਸਟ ਟਰਾਈ ਵਨ ਪਠਾਨੀ ਸੂਟ ਨੰਬਰ 5 ਮੈਂ ਗੱਲ ਕਰਨ ਜਾ ਰਿਹਾ ਸ਼ੂਜ਼ ਦੇ ਬਾਰੇ ਅਸੀਂ ਪਠਾਨੀ ਸੂਟ ਨਾਲ ਕੀ ਪਾਵਾਂਗੇ ਅਤੇ ਕੁੜਤੇ ਪਜਾਮੇ ਨਾਲ ਅਸੀਂ ਕਿਹੜੇ ਸ਼ੂਜ਼ ਪਾਵਾਂਗੇ ਇਹ ਗੱਲ ਧਿਆਨ ਨਾਲ ਸੁਣੋ ਬਿਲਕੁਲ ਕੁੜਤੇ ਪਜਾਮੇ ਦੇ ਨਾਲ ਅਸੀਂ ਕਿਸੇ ਵੀ ਟਾਈਪ ਆਫ ਸ਼ੂਜ਼ ਨੂੰ ਪਾ ਸਕਦੇ ਹਾਂ ਚਾਹੇ ਕੋਈ ਫਾਰਮਲ ਸ਼ੂਜ਼ ਨੇ ਚਾਹੇ ਕੋਈ ਲੋਫਰਸ ਨੇ ਚਾਹੇ ਉਹ ਬਰੋਗਸ ਨੇ ਚਾਹੇ ਉਹ ਚੈਲਸੀ ਬੂਟਸ ਨੇ ਕੋਈ ਵੀ ਤਰ੍ਹਾਂ ਦੇ ਸ਼ੂਜ਼ ਨੇ ਖੁੱਸਾ ਕੋਈ ਜੁੱਤੀ ਪੰਜਾਬੀ ਹੈਗੀ ਯੂ ਕੈਨ ਟਰਾਈ ਈਜ਼ਲੀ ਵਿਦ ਕੁੜਤਾ ਪਜਾਮਾ ਐਂਡ ਔਨ ਦੀ ਅਦਰ ਹੈਂਡ ਤੁਸੀਂ ਟਰਾਈ ਕਰਨਾ ਪਠਾਨੀ ਸੂਟ ਦੇ ਨਾਲ ਅਸੀਂ ਹਮੇਸ਼ਾ ਕੁਝ ਹੈਵੀ ਪਾਵਾਂਗੇ ਮੰਨ ਲਓ ਕੋਈ ਬੂਟਸ ਹੋ ਗਏ ਚੈਲਸੀ ਬੂਟਸ ਖੁੰਡੇ ਵਾਲੀ ਜੁੱਤੀ ਹੋ ਗਈ ਆਪਣੀ 6 ਮੈਂ ਗੱਲ ਕਰਨ ਜਾ ਰਿਹਾ ਵਾਚਸ ਦੇ ਬਾਰੇ ਗਾਇਸ ਤੁਹਾਡੀ ਲੁੱਕ ਨੂੰ ਬਹੁਤ ਇਨਹੈਂਸ ਕਰਦੀ ਇੱਕ ਵਾਚ ਰਾਈਟ ਨਾਓ ਮੈਂ ਪਾਇਆ ਹੋਇਆ ਆਪਣਾ ਬਲੂ ਕੁੜਤਾ ਮੈਂ ਇਹਨਾਂ ਬਲੂ ਵਾਚ ਪਾਈ ਆ ਮੇਰੇ ਕੋਲ ਆਪਸ਼ਨਸ ਹੋਰ ਕੀ ਸੀਗੇ ਗੋਲਡਨ ਵਾਚ ਜਾਂ ਸਿਲਵਰ ਵਾਚ ਬਟ ਆਈ ਥਿੰਕ ਬਲੂ ਦੇ ਨਾਲ ਬਲੂ ਬਹੁਤ ਕਹਿਣ ਲੱਗਦਾ ਸੋ ਇੱਕ ਕੰਟਰਾਸਟ ਮੈਚਿੰਗ ਹੋ ਗਈ ਬੇਸਿਕਲੀ ਇੱਦਾਂ ਜੇ ਮੇਰੇ ਕੋਈ ਵਾਈਟ ਕੁੜਤਾ ਮੈਂ ਉਹਨਾਂ ਪਾਉਣਾ ਹੁੰਦਾ ਕੋਈ ਬਰਾਊਨ ਵਾਚ ਸਿਲਵਰ ਵਾਚ ਜਾਂ ਕੋਈ ਬਲੈਕ ਵਾਚ ਪਾਉਣਾ ਹੁੰਦਾ ਸੋ ਆਪਣੇ ਕੋਲ ਆਪਸ਼ਨਸ ਰੱਖੋ ਵਾਚਸ ਦੇ ਤੁਹਾਡੀ ਕੋਈ ਵੀ ਵਾਚ ਕਿਸੇ ਵੀ ਆਊਟਫਿਟ ਦੇ ਨਾਲ ਕੰਮ ਆ ਸਕਦੀ ਹੈ ਸੋ ਗਾਇਸ ਇਹ ਸੀ ਆਪਣੀ ਅੱਜ ਦੀ ਕੰਪਲੀਟ ਵੀਡੀਓ ਔਨ ਕੁੜਤਾ ਪਜਾਮਾ ਐਂਡ ਪਠਾਨੀ ਸੂਟ ਦੇ ਕੰਪੈਰੀਜ਼ਨ ਉੱਤੇ ਤੁਹਾਨੂੰ ਕੀ ਲੱਗਦਾ ਕੀ ਬੈਸਟ ਹੈ ਪਠਾਨੀ ਸੂਟ ਜਾਂ ਕੁੜਤਾ ਪਜਾਮਾ ਥੱਲੇ ਕਮੈਂਟ ਕਰੋ ਵੀਡੀਓ ਦੇ ਵੱਧ ਤੋਂ ਵੱਧ ਦੱਸੋ ਮੈਨੂੰ ਮੈਂ ਜਸਟ ਇੱਕ ਆਬਜ਼ਰਵੇਸ਼ਨ ਦੇਖਣੀ ਆ ਕਿ ਲੋਕਾਂ ਦੀ ਮੈਕਸਿਮਮ ਚੁਆਇਸ ਕੀ ਚੀਜ਼ ਹੈਗੀ ਆ ਬਟ ਗਾਇਸ ਜਿਨ੍ਹਾਂ ਨੇ ਹਜੇ ਟਰਾਈ ਨਹੀਂ ਕੀਤਾ ਪਠਾਨੀ ਸੂਟ ਜਾ ਕੇ ਜ਼ਰੂਰ ਟਰਾਈ ਕਰਿਓ ਤੁਹਾਡੇ ਪਾਇਆ ਬਹੁਤ ਘੈਂਟ ਲੱਗੂਗਾ ਮੈਂ ਐਡਰੈਸ ਮੈਂਸ਼ਨ ਕਰ ਦਿੰਦਾ ਇਸ ਐਡਰੈਸ 'ਤੇ ਅੱਗੇ ਕੰਟੈਕਟ ਕਰ ਲਿਓ ਮੇਰੇ ਸਾਰੇ ਕੁੜਤੇ ਪਜਾਮੇ ਪਠਾਨੀ ਸੂਟ ਪੈਂਟ ਕੋਟ ਜੋ ਵੀ ਮੇਰੇ ਬਣ ਕੇ ਆਉਂਦਾ ਸਭ ਕੁਝ ਮੈਂ ਇੱਕ ਹੀ ਬੰਦੇ ਤੋਂ ਤਿਆਰ ਕਰਵਾਉਣਾ ਉਹ ਹੈਗਾ ਇਸ ਐਡਰੈਸ 'ਤੇ ਮੈਂਸ਼ਨ ਕੀਤਾ ਗਿਆ ਨੰਬਰ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਜਿਸ 'ਤੇ ਮਰਜ਼ੀ ਮੇਰਾ ਨਾਮ ਲੈ ਦਿਓ ਕਿ ਭਾਅ ਜੀ ਅਸੀਂ ਸੰਤਵਿੰਦਰ ਦੀ ਰੈਫਰੈਂਸ ਤੁਹਾਨੂੰ ਕਾਲ ਕਰ ਰਹੇ ਹਾਂ ਸਾਨੂੰ ਆਹ ਕੰਮ ਸੀ ਤੁਹਾਡੇ ਨਾਲ ਅਸੀਂ ਆਹ ਸਟਿਚ ਕਰਵਾਉਣਾ ਸੀ ਤੁਹਾਨੂੰ ਡੈਫੀਨੇਟਲੀ ਸਰਵਿਸ ਬਹੁਤ ਫਾਸਟ ਮਿਲੂਗੀ ਇਸ ਚੀਜ਼ ਤੋਂ ਸੋ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲਿਓ ਬਿਕੋਜ਼ ਅਸੀਂ ਹਰ ਹਫ਼ਤੇ ਗੱਲ ਕਰਦੇ ਹਾਂ ਫੈਸ਼ਨ ਦੇ ਬਾਰੇ ਅਸੀਂ ਕਿਵੇਂ ਕੀ ਗਲਤੀਆਂ ਕਰਦੇ ਹਾਂ ਕਿਵੇਂ ਅਸੀਂ ਇਹਨੂੰ ਇੰਪਰੂਵ ਕਰਨਾ ਸਬਸਕ੍ਰਾਈਬ ਟੂ ਦਿਸ ਚੈਨਲ ਰਾਈਟ ਨਾਓ ਐਂਡ ਕਲਿੱਕ ਦ ਨੋਟੀਫਿਕੇਸ਼ਨ ਬੈਲ ਮਿਲਦੇ ਆਪਾਂ ਨੈਕਸਟ ਵੀਕ ਕੁਝ ਘੈਂਟ ਵੀਡੀਓ ਲੈ ਕੇ ਟਿਲ ਦੈਨ ਸਟੇ ਸ਼ਾਰਪ ਸਟੇ ਫਿਟ ਐਂਡ ਸਟੇ ਟਿਊਨਡ ਫੋਰ ਮੋਰ